ਗੁਰਦਾਸਪੁਰ ਦੇ ਪਿੰਡ ਖੋਖਰ ਵਿੱਚ ਦੋ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੇ ਲਈ ਪੁਲਿਸ ਨੇ ਪੂਰੇ ਪਿੰਡ ਨੂੰ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਅਤੇ ਗੰਨੇ ਦੇ ਖੇਤਾਂ ਨੂੰ ਘੇਰਾ ਪਾ ਲਿਆ। ਪੂਰੇ ਇੱਕ ਘੰਟੇ ਦੀ ਮਸ਼ਕਤ ਤੋਂ ਬਾਅਦ ਨਸ਼ਾ ਤਸਕਰਾਂ ਨੂੰ ਕਾਬੂ ਕਰ ਲਿਆ ਗਿਆ ਅਤੇ ਉਹਨਾਂ ਦੇ ਪਾਸੋਂ 40 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਅਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੌਕੇ ਦੇ ਘਟਨਾ ਸਥਾਨ ਤੇ ਪਹੁੰਚੇ DSP ਸਿਟੀ ਸੁਖਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਗੁਰਦਾਸਪੁਰ ਦੇ ਪਿੰਡ ਖੋਖਰ ਦੇ ਵਿੱਚ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਕਲਾਨੌਰ ਤੋਂ ਗੁਰਦਾਸਪੁਰ ਆ ਰਹੀ ਇੱਕ ਚਿੱਟੇ ਰੰਗ ਦੀ I-20 ਕਾਰ ਨੂੰ ਰੋਕਣ ਦਾ ਇਸ਼ਾਰਾ ਕੀਤਾ ਅਤੇ ਕਾਰ ਵਿੱਚ ਬੈਠੇ ਦੋਨੇ ਵਿਅਕਤੀ ਕਾਰ ਨੂੰ ਛੱਡ ਕੇ ਉੱਥੋਂ ਭੱਜ ਗਏ ਅਤੇ ਨਾਲ ਲੱਗਦੇ ਗੰਨੇ ਦੇ ਖੇਤਾਂ ਵਿੱਚ ਜਾ ਵੜੇ। ਜਿਸ ਤੋਂ ਬਾਅਦ ਪੁਲਿਸ ਪਾਰਟੀ ਵੱਲੋਂ ਉਹਨਾਂ ਦਾ ਪਿੱਛਾ ਕੀਤਾ ਗਿਆ ਅਤੇ ਮੌਕੇ ਤੇ CIA ਸਟਾਫ ਦੇ ਜਵਾਨਾਂ ਨੂੰ ਬੁਲਾ ਕੇ ਗੰਨੇ ਦੇ ਖੇਤਾਂ ਦੀ ਘੇਰਾਬੰਦੀ ਕਰਕੇ ਇੱਕ ਘੰਟੇ ਦੀ ਭਾਰੀ ਮਸ਼ਕਤ ਬਾਅਦ ਉਹਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਇਹਨਾਂ ਨੌਜਵਾਨਾਂ ਦੇ ਕੋਲੋਂ ਮੌਕੇ ਤੇ 40 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁਲਿਸ ਦੇ ਵੱਲੋਂ ਇਹਨਾਂ ਜਵਾਨਾਂ ਦੇ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਅੱਜ ਸਾਡੇ ਜੀ ਸਪੈਸ਼ਲ ਬ੍ਰਾਂਚ ਦੇ ASI ਸਤਪਾਲ ਸਿੰਘ ਨੇ ਇਹ ਆਪਣੀ ਟੀਮ ਦੇ ਨਾਲ ਖੋਖਰ ਪਿੰਡ ਦੇ ਲਾਗੇ ਕੈਂਬਰੇ ਸਕੂਲ ਉਹਨਾਂ ਨੇ ਨਾਕਾ ਲਾਇਆ ਸੀਗਾ। ਉੱਥੇ ਇਹਨਾਂ ਕੋਲ ਇੱਕ ਗੱਡੀ I-20 ਕਾਰ PB0BY 6161 ਜਿਹੜੀ ਹੈ ਉਹ ਆਈ ਔਰ ਉਹਨੂੰ ਜਦੋਂ ਉਹਨਾਂ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਜਿਵੇਂ ਇੱਕ ਮੋਨਾ ਨੌਜਵਾਨ ਸਵਾਲ ਚਲਾ ਰਿਹਾ ਸੀ ਅਤੇ ਇੱਕ ਸਰਦਾਰ ਉਹਦੇ ਨਾਲ ਬੈਠਾ ਸੀਗਾ ਉਹ ਦੋਨੇ ਗੱਡੀ ਖੜ੍ਹੀ ਕਰਕੇ ਇੱਕਦਮ ਅਤੇ ਖੇਤਾਂ ਵੱਲ ਨੂੰ ਭੱਜ ਗਏ। ਜਿਨ੍ਹਾਂ ਨੂੰ ਜਿਹੜਾ ਚੇਸ ਕਰਕੇ ਇਹਨਾਂ ਨੇ ਅਤੇ ਉਹਨਾਂ ਦੇ ਪਾਸੋਂ 40 ਗ੍ਰਾਮ ਜਿਹੜੀ ਹੈ ਹੀਰੋਇਨ ਬਰਾਮਦ ਕੀਤੀ ਹੈ ਅਤੇ ਜਿਸ ਸੰਬੰਧ ਵਿੱਚ ਦੋ ਬੰਦੇ ਗ੍ਰਿਫਤਾਰ ਕੀਤੇ ਗਏ ਨੇ ਅਮਨਦੀਪ ਸਿੰਘ ਸਨ ਆਫ ਬਲਦੇਵ ਸਿੰਘ ਰੈਜੀਡੈਂਸ ਆਫ ਬੱਬਰੀ ਅਤੇ ਮੁਖਵਿੰਦਰ ਸਿੰਘ ਸਨ ਆਫ ਜੋਗਿੰਦਰ ਸਿੰਘ ਰੈਜੀਡੈਂਸ ਆਫ ਮੀਆਂਕੋਟ। ਅਤੇ ਇਸ ਸੰਬੰਧ ਵਿੱਚ FIR ਨੰਬਰ ਜਿਹੜੀ ਹੈ 100 ਥਾਣੇ ਸਦਰ ਦੇ ਵਿੱਚ NDPS ਐਕਟ ਦੇ ਤਹਿਤ ਦਰਜ ਕੀਤੀ ਗਈ ਹੈ। ਇਨਵੈਸਟੀਗੇਸ਼ਨ ਚੱਲ ਰਹੀ ਹੈ। ਇਸ ਸੰਬੰਧ ਵਿੱਚ ਸਾਡੇ SSP ਸਾਹਿਬ ਡਾਕਟਰ ਨਾਨਕ ਸਿੰਘ ਜੀ IPS ਉਹਨਾਂ ਵੱਲੋਂ ਜਿਹੜੇ ਸਟ੍ਰਿਕਟ ਇੰਸਟਰਕਸ਼ਨਸ ਹੈ ਵੀ ਜਿਹੜੇ ਵੀ NDPS ਦੇ ਸੰਬੰਧ ਵਿੱਚ ਹੈ ਜ਼ੀਰੋ ਟੋਲਰੈਂਸ ਪੋਲਿਸੀ ਅਪਲਾਈ ਕੀਤੀ ਗਈ ਹੈ। ਇਹਦੇ ਵਿੱਚ ਜਿਸ ਵੀ ਕਿਸੇ ਬੰਦੇ ਨੂੰ ਕੋਈ ਵੀ ਇਨਫੋਰਮੇਸ਼ਨ ਹੈਗੀ ਹੈ ਕਿ ਕੋਈ ਬੰਦਾ ਜਿਹੜਾ NDPS ਜਾਂ ਕੋਈ ਨਸ਼ੇ ਦਾ ਕਾਰੋਬਾਰ ਇਹ ਕਰਦਾ ਵਾ ਉਹ ਸਾਨੂੰ 24 ਘੰਟੇ ਜਦੋਂ ਮਰਜ਼ੀ ਸਾਨੂੰ ਕੰਟੈਕਟ ਕਰਕੇ ਸਾਡੇ ਨੰਬਰਸ 'ਤੇ ਸਾਨੂੰ ਦੱਸ ਸਕਦਾ। ਉਹਦੀ ਸੂਚਨਾ ਜਿਹੜੀ ਹੈ ਗੁਪਤ ਰੱਖੀ ਜਾਏਗੀ ਔਰ ਇਹ ਤਾਂ ਹੀ ਪੋਸੀਬਲ ਹੈ ਬਿਲਕੁਲ ਆਪਾਂ ਆਪਣੇ ਆਲੇ ਦੁਆਲੇ ਨੂੰ ਡਰੱਗ ਮੁਕਤ ਕਰਾ ਸਕਦੇ ਤਾਂ ਹੀ ਅਤੇ ਪਬਲਿਕ ਦੇ ਸਹਿਯੋਗ ਨਾਲ ਅਤੇ ਇਹੋ ਹੀ ਸਾਡੀ ਹੋਏਗੀ ਵੀ ਜਿਹੜੇ ਪਬਲਿਕ ਸਾਡੀਆਂ ਅੱਖਾਂ ਕੰਨ ਪਬਲਿਕ ਹੈ ਉਹ ਸਾਨੂੰ ਇਹਦੇ ਬਾਰੇ ਇਨਫੋਰਮੇਸ਼ਨ ਦੇਣ ਕੋਈ ਵੀ ਜੇ ਹੈ ਉਹ ਬੇਝਿਜਕ ਸਾਨੂੰ ਇਨਫੋਰਮੇਸ਼ਨ ਦੇਣ ਅਤੇ ਉਹਨਾਂ ਦੀ ਇਨਫੋਰਮੇਸ਼ਨ ਬਿਲਕੁਲ ਗੁਪਤ ਰੱਖੀ ਜਾਏਗੀ। ਗੱਡੀ ਖਲੋਤੀ ਇੱਕ ਵੇਖੀ ਹੈ ਮੁਖਬਰੀ ਕਿਹਨੇ ਕੀਤੀ ਹੈ। ਹਾਂਜੀ ਅਤੇ ਨਸ਼ਾ ਨੁਸ਼ਾ ਵੇਚਦੇ ਨੇ। ਹਾਂਜੀ ਉਹ ਭੱਜੇ ਨੇ ਮਗਰ ਤੇ ਕਮਾਂ ਚ ਵੜ ਗਏ ਜੀ। ਨਹੀਂ ਇੱਕ ਤੇ ਲੱਗਿਆ ਇੱਧਰ ਨੂੰ। ਹਾਂ ਉਹ ਉੱਧਰੋਂ ਫਿਰ ਵਾਪਸ ਮੁੜ ਕੇ ਆਇਆ ਫਿਰ ਖੜਿਆ ਇੱਕ ਆਉਂਦੇ ਹੋ ਅਤੇ ਪੜਿਆ ਵੀ ਹੈਗਾ ਕੋਈ ਇੱਕ ਫੜਿਆ। ਇਹ ਕਿੰਨਾ ਚਿਰ ਹੋ ਗਿਆ ਪੁਲਿਸ ਨੂੰ ਲੱਗੀ ਨੂੰ? ਅੱਧਾ ਘੰਟਾ ਹੋ ਗਿਆ। ਕਿਹੜਾ ਪਿੰਡ ਹੈ ਜੀ ਇਹ? ਖੋਖਰ ਪਿੰਡ। ਆਵਾਜ਼ੀ ਕੰਮ TV ਲਈ ਗੁਰਦਾਸਪੁਰ ਤੋਂ ਪੱਤਰਕਾਰ ਸਤਵਿੰਦਰ ਸਿੰਘ ਦੀ ਰਿਪੋਰਟ।